WhatsApp. ਉਹਦੇ ਬਾਰੇ ਕੀ ਕਹੋਗੇ ਤੇ ਉਹਨੇ ਰਿਟ ਵੀ ਪਾਈ ਹੈ ਹਾਈ ਕੋਰਟ ਐਸਐਚਓ ਕਰਨੈਲ ਜਦੋਂ ਇੱਥੇ ਪੂਰੀ ਇੱਥੇ ਸੀਗਾ ਪੈਲ ਥਾਣੇ ਦੇ ਵਿੱਚ ਕਾਂਗਰਸ ਸਰਕਾਰ ਦੀ ਸ਼ਹਿ ਦੇ ਉੱਤੇ ਪੂਰੀ ਗੁੰਡਾਗਰਦੀ ਕਰਦਾ ਰਿਹਾ ਮੇਰੇ ਗਲ ਦੇ ਵਿੱਚ ਰੱਸਾ ਪਾ ਕੇ ਉਹਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪਵਿੱਤਰ ਦਸਤਾਰ ਨੂੰ ਉਹਨਾਂ ਨੇ ਪੈਰਾਂ ਦੇ ਵਿੱਚ ਰੋਲਿਆ ਔਰ ਉਹਦੇ ਲਈ ਉਹਨਾਂ ਨੇ ਇੱਕ ਵੀ ਹਜੇ ਤੱਕ ਪਰਚਾ ਦਰਜ ਨਹੀਂ ਕੀਤਾ ਜਿਹਦੇ ਲਈ ਅਸੀਂ ਮਾਨਜੋ ਕੋਰਟ ਦੇ ਵਿੱਚ ਧੱਕੇ ਖਾ ਰਹੇ ਹਾਂ ਪਿਛਲੇ ਡੇਢ ਸਾਲ ਤੋਂ ਔਰ ਮੈਂ ਸਮਝਦਾ ਕਿ ਜਿਹੜੇ ਬੰਦੇ ਨੂੰ ਜਦੋਂ ਪਤਾ ਲੱਗ ਜਾਵੇ ਨਾ ਕਿ ਕਿਉਂਕਿ ਹੁਣ ਉਹਦੇ 'ਚ ਗਵਾਹੀਆਂ ਹੋ ਗਈਆਂ ਜਦੋਂ ਪਤਾ ਲੱਗੇ ਹੁਣ ਗਲ ਦੇ ਵਿੱਚ ਜਿਹੜਾ ਰੱਸਾ ਉਹ ਪੈਣਾ ਕਾਨੂੰਨ ਦੀ ਚੱਕੀ ਬੇਸ਼ੱਕ ਪੀਸ ਦੀ ਬਰੀਕ ਹੌਲੀ ਆ ਪਰ ਬਹੁਤ ਬਰੀਕ ਪੀਸ ਦੀ ਹੈ ਬੜੀ ਜਲਦੀ ਇਸ ਗੱਲ ਨੂੰ ਇਹਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕੋਈ ਗੱਲ ਨਹੀਂ ਅਸੀਂ ਆਪਦਾ ਜਿਹੜਾ ਹੈਗਾ ਅਸੀਂ ਮਾਨਯੋਗ ਸਾਡੇ ਜਿਹੜੇ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦੇ ਹਾਂ ਕਿ ਇਹ ਬੰਦਾ ਜਿਹੜੇ ਡਿਪਾਰਟਮੈਂਟ ਦੇ ਵਿੱਚ ਜੋਬ ਕਰਦਾ ਹੈ ਅਗਰ ਉਸੇ ਡਿਪਾਰਟਮੈਂਟ 'ਤੇ ਇਹਨੂੰ ਭਰੋਸਾ ਨਹੀਂ ਸਭ ਤੋਂ ਪਹਿਲਾਂ ਤਾਂ ਇਹਨੂੰ ਜੇ ਇਹਨੇ ਜਾਣਾ ਸੀ ਤਾਂ ਇਹਨੂੰ ਆਪਦੇ ਉਹਦੇ ਤੋਂ ਅਸਤੀਫਾ ਦੇ ਕੇ ਫਿਰ ਆਉਂਦਾ ਜਾਂ ਹੁਣ ਮੈਨੂੰ ਲੱਗਦਾ ਕਿ DGP ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿ ਇਹਨੂੰ ਇਹਦੇ ਅਹੁਦੇ ਤੋਂ ਫਾਰਗ ਕੀਤਾ ਜਾਵੇ ਤਾਂ ਕਿ ਬਾਹਰ ਰਹਿ ਕੇ ਆਪਣੀ ਲੜਾਈ ਲੜੇ ਕਿਉਂਕਿ ਇੱਕ ਅਹੁਦੇ ਦੀ ਮਰਿਆਦਾ ਹੁੰਦੀ ਹੈ ਇੱਕ ਗਰਮਾ ਹੁੰਦੀ ਹੈ ਜੇ ਉਹਦਾ ਖਿਆਲ ਨਹੀਂ ਰੱਖਦਾ ਤਾਂ ਮੈਨੂੰ ਲੱਗਦਾ ਕਿ ਇਸ ਬੰਦੇ ਨੂੰ ਫਾਰਗ ਕਰਨਾ ਚਾਹੀਦਾ ਔਰ ਇਹਦੇ ਖਿਲਾਫ਼ 307 ਦਾ ਪਰਚਾ ਅਤੇ 295 ਦਾ ਪਰਚਾ ਜਿਹੜੀ ਇਹਨਾਂ ਨੇ ਦਸਤਾਰ ਰੋਲੀ ਆ ਪਰਚਾ ਦਰਜ ਕਰਕੇ ਇਹਨੂੰ ਜੇਲ੍ਹ ਦੇ ਸਲਾਖਾਂ ਦੇ ਪਿੱਛੇ ਭੇਜਣਾ ਚਾਹੀਦਾ ਅਸਲੀ ਜਗ੍ਹਾ ਇਹਦੀ ਉਹੀ ਆ ਕਿਉਂਕਿ ਇਹ ਲੋਕ ਉਹੀ ਨੇ ਜਿਹੜੇ ਸ਼ਰਾਬਾਂ ਇੱਥੇ ਵੇਚਦੇ ਰਹੇ ਨੇ ਇਹ ਲੋਕ ਉਹੀ ਨੇ ਜਿਹੜੇ ਚਿੱਟੇ ਦੇ ਸੌਦਾਗਰਾਂ ਦੇ ਨਾਲ ਮਿਲੇ ਰਹੇ ਨੇ ਅਤੇ ਹੁਣ ਜਦੋਂ ਸਰਕਾਰ ਬਦਲੀ ਹੈ ਸਾਰੇ ਜਾਣੇ ਤੜਫਦੇ ਨੇ ਕੋਈ ਗੱਲ ਨਹੀਂ ਇਹਨਾਂ ਨੂੰ ਭਾਈ ਇਹ ਸਾਰੇ ਜਾਣੇ ਇਹੀ ਨੇ ਤਾਂ ਹੀ ਤੁਸੀਂ ਦੇਖਿਆ ਹੀ ਆ ਕਿ 5 ਪੁਲਿਸ ਦੇ ਜਿਹੜੇ ਅਫਸਰ ਨੇ ਉਹ ਜਿਹੜਾ ਗੁਰਦੀਪ ਰਾਣੋ ਆ ਉਹਦੀ ਪੁੱਛਗਿੱਛ ਦੀ ਰਿਪੋਰਟ ਆ ਰਿਪੋਰਟ ਦੇ ਵਿੱਚ 5 ਅਫਸਰਾਂ ਦੇ ਨਾਮ ਨੇ ਕਲੀਅਰ ਨੇ ਇਹ ਸਾਰੇ ਜਣਿਆਂ ਦਾ ਇਕੱਠਿਆਂ ਦਾ ਗੈਂਗ ਆ ਗੁਰ ਆਪਣਾ ਜਿਹੜਾ ਕੱਲ੍ਹ ਰਿਕਾਰਡਿੰਗ ਦੇ ਵਿੱਚ SHO ਬਲਜਿੰਦਰ ਦਾ ਨਾਂ ਲੈ ਰਿਹਾ ਇਹ ਬਲਜਿੰਦਰ ਉਹੀ SHO ਜਿਹਨੇ ਪਿਓ ਪੁੱਤੇ ਸੀਰੀ ਨੂੰ ਨੰਗਾ ਕਰਕੇ ਵੀਡੀਓ ਬਣਾਈ ਆ ਅਸੀਂ ਉਹਦੇ ਲਈ ਲਾਇਆ ਧਰਨੇ ਉਹਨੂੰ ਕਰਾਇਆ ਅੰਦਰ ਅਸੀਂ ਹੱਕ ਸੱਚ ਦੀ ਲੜਾਈ ਲੜਦੇ ਰਹਾਂਗੇ ਕਲਗੀਧਰ ਦੇ ਪੁੱਤਰ ਹਾਂ ਅਸੀਂ ਪਿੱਛੇ ਹਟਣ ਵਾਲੇ ਨਹੀਂ ਔਰ ਇਹੋ ਜਿਹੇ ਜ਼ਾਲਮ ਅਫਸਰ ਨੇ ਇਹਨਾਂ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਆਮ ਗਰੀਬ ਲੋਕਾਂ ਦੀ ਜਿਹੜੀ ਲੜਾਈ ਆ ਉਹ ਇਸੇ ਤਰੀਕੇ ਦੇ ਨਾਲ ਅੱਗੇ ਵੱਧ ਕੇ ਲੜਾਂਗੇ ਅਤੇ ਜਿਹੜੇ ਜ਼ਾਲਮ ਨੇ ਇਹਨਾਂ ਨੂੰ ਸਬਕ ਸਿਖਾ ਕੇ ਰਹਾਂਗੇ।